ਅਸਲਾਮ ਵਾਲੇਕੁਮ ਕੀ ਹਾਲ ਵੀਰੋ ਠੀਕ ਹੋ ਉਮੀਦ ਕਰਦੇ ਹਾਂ ਸਾਰੇ ਠੀਕ ਹੋਣਗੇ ਤੇ ਅਸੀਂ ਇਸ ਟਾਈਮ ਮੌਜੂਦ ਹਾਂ ਮੰਡੀ ਸ਼ਾਹਪੁਰ ਕਾਂਗੜਾ ਦਾ ਪਿੱਛੇ ਹਾਰਨ ਵਾਲਾ ਨਹੀਂ ਖਲੋ ਰਿਹਾ ਅਸੀਂ ਆਏ ਹਾਂ ਇੱਥੋਂ ਇੱਕ ਕੱਟਾ ਲੈਣ ਸੰਡਾ ਲੰਬੜਦਾਰ ਹੋਰਾਂ ਬਸ ਕਰ ਭਰਾਵਾ ਕਿੰਨੀ ਕੁ ਵਾਰੀ ਵਜਾਏਗਾ ਲੰਬੜਦਾਰ ਹੋਰਾਂ ਨੇ ਕੱਟਾ ਵੇਚਤਾ ਸੀ ਦੋ ਸਾਲ ਹੋ ਗਏ ਕਹਿੰਦਾ ਬੁੱਢਾ ਹੋ ਗਿਆ ਮੈਂ ਕਿਹਾ ਚਲੋ ਠੀਕ ਹੈ ਬੁੱਢਾ ਤੇ ਵੈਸੇ ਤੂੰ ਵੀ ਹੋ ਗਿਆ ਵੇਲਾ ਦਾੜੀ ਚ ਚਿੱਟੇ ਆ ਗਏ ਲੱਗਦਾ ਪੈਸੇ ਪਾਣੀ ਪੈਣੇ ਨਹੀਂ ਤੇ ਆਉਣਾ ਤੇ ਇੱਥੇ ਫਿਰ ਰਹੇ ਆ ਕੱਟਿਆਂ ਦੇ ਜਿਹੜੇ ਹਾਲਾਤ ਨੇ ਮੈਨੂੰ ਲੱਗਦਾ ਪੰਦਿਓ ਪੈਸੇ ਪਾਣੇ ਪੈਣੇ ਨੇ ਫੇਰ ਆਣਾ 2.5 ਲੱਖ ਦਾ ਪਹਿਲਾਂ ਵੇਚਿਆ ਤੇ 3 ਤੋਂ ਉੱਤੇ ਬੰਨਾ ਏ ਬਾਕੀ ਤੁਹਾਨੂੰ ਦਿਖਾਉਂਦੇ ਆ ਕਿਵੇਂ ਦਾ ਕੱਟਾ ਲੈਂਦੇ ਆ ਜਾਂ ਕਿੰਨੇ ਦਾ ਆਂਦਾ ਪੂਰਾ ਵਲੌਗ ਲਾਜ਼ਮੀ ਦੇਖਣਾ ਠੀਕ ਹੈ ਕਿੰਨੇ ਦਾ ਨਹੀਂ ਭਾ ਪੈਸੇ ਦੋਸਤ ਯਾਰ ਕੱਟਾ ਤੇਰਾ ਬੜਾ ਲਿਸਾ चिट्टी अख आला ता कोई कोई लभदा इहदे कोल जुए ठीक है बात आई शुक्र अल्लाह दा भाई की हाल है ठीक हो वालेकुम शुक्र अल्लाह जी तुसी सुनाओ ठीक हो चलो अल्लाह पाक लाई रखे किन्ने कहंदा जी अच्छा ला लिसा बात है अगो वेख कोई किन्ने कहा था जी वी पल्लियो पाना जी लो जी आ खलोता है कट्टा माशाल्लाह दो साल ने का है ते का है ਇਹ ਤਾਂ ਮਾਲਕ ਕਿੱਥੇ ਵੇ ਭਾਈ ਇਹ ਕੱਟਾ ਕਿਹਦਾ ਕਿੰਨੇ ਦਾ ਜੇ ਲੈ ਤੇ ਜਾਵਾਂਗੇ ਕਿੰਨੇ ਦਾ ਭਾ 4.5 ਉਹ ਕੀ ਆ ਸਿੱਧਾ ਹੋਣਾ ਪੱਕਾ ਹਾਂ ਮੂਮੋ ਕੀ ਹੈ ਮੂਮੋ ਮਾਲਕ ਨੂੰ ਭੇਜ ਭਾਈ ਨਹੀਂ ਤੇ ਇਹ ਨਹੀਂ ਵੇਖਿਆ ਮੂਮੋ ਕੀ ਹੈ ਹਾਂਜੀ ਕੀ ਹਾਲ ਹੈ ਸਰ ਜੀ ਠੀਕ ਹੋ ਸ਼ੁਕਰ ਅੱਲਾ ਦਾ ਕਿਹੜੀ ਜਗ੍ਹਾ ਦੇ ਹੋ ਸ਼ਾਹਕੋਟ ਦੇ ਸ਼ਾਹਕੋਟ ਅੱਛਾ ਅੱਛਾ ਭਾਈ ਮੂੰਹ ਉਹ ਕੀ ਜੇ ਕਟਾ ਉਹ ਪਤਾ ਨਹੀਂ ਕੀ ਹੈ ਉਹ ਛਿੱਕ ਗਈ ਹੋਣਾ ਚਾਹਣਾ ਕਿਹੜਾ ਘਰ ਪਾ ਇਹ ਮਾਰਦਾ ਮੂਰਦਾ ਤੇ ਨਹੀਂ ਉਹ ਥੋੜਾ ਬਹੁਤ ਚਲੋ ਕਿੰਨੇ ਦਾ ਜੇ ਸਾਡੇ 4 ਕਿੰਨੇ ਲੈਣੀ ਪੈਸੇ ਪੱਕੀ ਗੱਲ ਦੱਸ ਕਿੰਨੇ ਲੈਣੇ ਨੇ ਤੇਨੇ ਢਾਈ ਦਾ ਅਸੀਂ ਵੀ ਹੱਸੇ ਸਾ ਜਦੋਂ ਤੂੰ ਸਾਡਾ 3 ਮੰਗਿਆ ਸੀ ਨਾ ਦੱਸ ਹੁਣ ਪੱਕੀ ਗੱਲ ਕੀ ਲੈਣਾ ਜੀ ਦੱਸ ਭਾ ਭਾ ਕਹਿੰਦਾ ਨਹੀਂ ਦੇਣਾ ਹੁਣ ਇਹਨੂੰ ਕਿਵੇਂ ਦੱਸੀ ਕਿ ਸਾਡਾ 2.5 ਦਾ ਵਿਕਿਆ ਸੀ 2.5 ਦਾ ਹੀ ਲੈਣ ਆਇਆ ਹੈਲੋ ਭਾ ਨੂੰ 2.5 ਲੱਖ ਰੁਪਇਆ ਕਿਹਾ ਤੇ ਸੱਲਾ ਗਿਆ ਮੈਂ ਕਿਹਾ ਇਹਨੂੰ ਕਿਵੇਂ ਦੱਸੀ ਸਾਡਾ 2.5 ਦਾ ਵਿਕਿਆ ਤੇ ਅਸੀਂ 2.5 ਦਾ ਹੀ ਕਰਨਾ ਕੋਈ ਨਹੀਂ ਗੱਲ ਫਿਰ ਅਸੀਂ ਹੋਲਾ ਲੱਭ ਲਈਏ ਚਲੋ ਲੋ ਜੀ ਆ ਕੱਟਾ ਏ ਹੀ ਭਾਈ ਜ਼ਿੰਦਾ ਏ ਕਿੰਨੇ ਮੰਦ ਹੋਣਾ 18 ਮੰਦ 700 ਹੋ ਗਏ ਜੀ ਇੰਨਾ ਹੀ ਹੋਣਾ ਕੀ ਮੰਗਦੇ ਹੋ ਭਾਜੀ ਸਾਰੇ ਤਾਂ ਮੰਗਦੇ 6 ਲੈਣੇ ਕਿੰਨੇ ਭਾ ਜਿਹੜੇ ਦੇ ਦੇ ਹੀ ਲੈਣੇ ਆ ਮੰਗੇ ਕਿਹੜਾ ਜ਼ਿਆਦਾ ਆ ਚਲੋ 2 ਲੱਖ ਦੇ ਭਾ ਮੂੰਹ ਕੀ ਆ ਮੂੰਹ ਚਿਗਾ ਜੀ 6 ਲੱਖ ਰੁਪਇਆ ਹਾਂਜੀ मतलब 6 दंद है ते 6 लाख ही है चाचा तू की मांगदा तू जो मर्जी बनावा दे क्यों क्यों जो मर्जी दे दे 3.5 ते चाचा मुंह ते उरा कर मंगी जा जिन्ने मंगने यार अपनी जाया जो मर्जी मांगो यार पर वे के हंसते सही हंस के मांग
ਹਾਂ ਬਈ ਭਾ ਕੀ ਮੰਗਦਾ ਇਹਦਾ 5.5 ਲੱਖ ਕਿੱਥੋਂ ਦਾ ਪਾਕ ਪਤਨ ਮੂੰਹੋਂ ਕੀ ਆ ਮੂੰਹ ਛਿੱਗਾ ਜੀ ਹਾਂ ਹਾਂ ਛੇ ਕੇ ਤੇ ਕੱਢਦਾ ਵੀ ਆ ਦੇ ਅਗਲੇ ਸਾਈਡਾਂ ਨੂੰ ਖੋ ਜਾ ਹਾਂ ਛਿੱਗ ਦੇ ਦੰਦ ਕੱਢਦਾ ਪਏ ਆ ਜੀ ਕੱਢਦਾ ਪਿਆ ਲੈ ਕੱਢਦਾ ਆ ਕਿ ਹੋਰ ਨਹੀਂ ਕੱਟਾ ਹੈ ਤੇ 20 ਮਨ ਹੀ ਪੱਕਾ 20 ਮਨ ਜ਼ਿੰਦਾ ਹੈ 10 ਕੀ ਲੈਣੀ ਭਾ 200 ਲੈ ਲੈ ਪੱਕਾ ਕੀ ਮੁੱਲ ਹੈ ਪੱਕਾ 200 ਮੁੱਲ ਸੁਣਦੇ ਪਏ ਜੀ ਪੌਣੇ 3 ਲੱਖ ਠੀਕ 10 4.5 ਲੱਖ ਦਾ ਵੀ ਨਹੀਂ ਦਿੰਦੇ ਤੂੰ ਕੋਣ ਦੇਣ ਲਾ ਲੈਣਾ 25000 ਵੱਧ ਕਹਿਤਾ ਜੀ ਕੋਈ ਨਹੀਂ ਗੱਲ ਕੀ ਦੂੰ ਲੋਕ ਕੀ ਮੰਗਦਾ 4-10 ਮੂੰਹੋਂ ਕੀ ਆ ਚੋਗਾ ਛਿੱਗਾ ਲਾਲਾ ਚੋਗਾ ਕਿ ਛਿੱਗਾ 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 ਸਾਰਾ ਛਿੱਗਾ ਦਾ ਲੋ ਜੀ ਕੱਟਾ ਚੰਗਾ ਹਾਂ ਆਕੜਿਆ ਖਲੋਤਾ ਓਏ ਭਾਈ ਆ ਤੂੰ ਕੀ ਮੰਗਦਾ ਸਿੰਘ ਟੁੱਟੇ ਦਾ ਹਾਂਜੀ 4 ਮਾਸ਼ਾਅੱਲਾ ਆ ਵੀ ਕੱਟਾ ਖਲੋਤਾ ਅੱਲਾ ਭਾ ਤੇਰੀ ਵੀ ਬਣਾ ਦਿੰਦਾ ਤੂੰ ਕੀ ਮੰਗਦਾ ਦੱਸ ਤੂੰ ਵੀਡੀਓ ਵੇਖ ਮੁੱਲ ਮੰਗ ਉਂਝ ਦੱਸ ਕਿੰਨੇ ਦਾ ਦੇਣਾ ਈ ਮੈਂ 3.5 ਲੈਣਾ ਈ ਇਹ ਉਂਝ ਵੀ ਲਟੈਰ ਹੈ ਨਾ ਲਟੈਰ ਨਹੀਂ ਹੈ ਅਜੇ ਬੜਾ ਕੰਮ ਦਿੰਦਾ ਇਹ ਲਟੈਰ ਹੈ ਨਹੀਂ ਲਟੈਰ ਚੰਗਾ ਭਾ ਕਿੱਥੋਂ ਦਾ ਮੈਂ ਸ਼ਹਿਰ ਮਰੀਦ ਕੇ ਦਾ ਮੈਂ ਯਾਰ ਜੀ ਟਿਕਟੋਕ ਦੇਖੀ ਨਹੀਂ ਵੀਰਾ ਨਾ ਕਰ ਮੱਝਾਂ ਬੁਝਾਂ ਤੇਰੀਆਂ ਵੇਖੀਆਂ ਨੇ ਮਾਸ਼ਾਅੱਲਾ ਵੇਖੋ ਕੱਟਾ ਸੋਹਣਾ ਨਾ ਚਾਚਾ ਇਹ ਤੁਹਾਡਾ ਕੱਟਾ ਭਾ ਕੀ ਮੰਗਦਾ ਕਹਿੰਦਾ 5-20 5-20 ਨਾ ਕਰ ਯਾਰ ਤੇ ਹੱਸਦਾ ਕਿਉਂ ਪਿਆ ਭਾਈ ਇਹਨੂੰ ਪਤਾ ਨਹੀਂ ਨਾ 2.5 ਦਾ ਵੇਚਦਾ ਤਾਂ 5-20 ਮੰਗਦਾ ਦੁਗਲੇ ਪਾ ਕੇ ਲੈਣ ਭਾਈ ਇਹ ਦੱਸ ਕਿੰਨੇ ਪੈਸੇ ਲੈ ਮੂੰਹੋਂ ਕੀ ਹੈ ਛਿੱਗਾ ਪੂਰਾ ਫੁੱਲ ਜਵਾਨ ਇੱਥੇ ਬੁੱਢਾ ਇੱਥੇ ਜਵਾਨ ਹੀ ਹੋ ਰਿਹਾ ਹੁਣ ਕੀ ਵਜ੍ਹਾ ਕਿੰਨੇ ਦਾ ਦੇਣਾ ਫਿਰ ਕੱਟਾ ਜ਼ਫਰ ਭਾਈ ਫਾਈਨਲ ਦੱਸੋ ਕਿੰਨੇ ਦਾ ਦੇਣਾ ਆ ਆਪਣਾ ਕੱਟਾ ਏ ਕਿੰਨੇ ਦਾ ਦੇਣੀ ਭਾ ਪੱਕੀ ਗੱਲ ਦੱਸ 3-10 ਦਾ ਹੁੰਦਾ 3-70 ਦਾ ਹੀ ਨਹੀਂ ਹੁੰਦਾ 10 ਹੋਰ ਪਾ ਲਾ ਮੈਂ ਕਿਹਾ 3-70 ਦਾ ਹੀ ਨਹੀਂ ਹੁੰਦਾ ਉਸਤਾਦ ਜੀ ਤੁਹਾਡੇ ਨਾਲੋਂ 70,000 ਰੁਪਇਆ ਵੱਧ ਕਹਿਤਾ ਭਾ 10 ਹੋਰ ਪਾ ਲਾ ਚਲੋ ਮਰਜ਼ੀ ਤੇਰੀ 40 ਦਾ ਹੁੰਦਾ 90,000 ਵੱਧ ਕਹਿਤਾ ਜੀ ਠੀਕ ਹੈ ਭਾ ਕੀ ਮੰਗਦੇ ਜੇ ਦਾ ਹਾਂਜੀ ਇਹ ਕੰਨ ਚ ਦੱਸਣ ਵਾਲੀ ਗੱਲ ਤੂੰ ਕੋਈ 10 ਵੱਧ ਮੰਗ ਲੈਂਦਾ ਆਪਾਂ ਤੇ ਦੱਸ ਦਿੰਦਾ ਕਿੰਨੇ ਦਾ ਦੇਣਾ ਈ 3 ਦਾ ਹੁੰਦਾ ਲੋ ਜੀ ਵੇਖੋ ਮੰਡੀ ਦੇ ਹਾਲਾਤ ਜਾ ਸਿਰ ਗੱਡੀ ਕੱਢ ਕੇ ਜਿਹੜੀ ਜਗ੍ਹਾ ਖਲੋਤੇ ਕੋਈ ਪੀਲੀ ਵਰਦੀ ਵਾਲਾ ਬੰਦਾ ਖਲੋਤਾ ਮੈਂ ਸਿਰ ਫੋਨ ਤੇ ਮੇਰੀ ਗੱਲ ਕਹਿਣ ਤੇ ਦਿਆਂ ਮੇਰੇ ਨਾਲ ਚੱਲੋ ਲੈ ਨੇ ਹੁਣੇ ਸਾ ਚਾਰ ਸੇ ਫਾਇਦਾ
ਭਾਈਆ ਕੀ ਮੰਗਦਾ? ਸਾਡੇ ਚਾਹ ਭਾਈਆ ਕੀ ਮੰਗਦਾ? ਵਿੱਚ ਸਾਡੇ ਚਾਹ ਕਿੱਥੋਂ ਦਾ ਭਾਈਆ? ਅੱਥੋਂ ਦੇ ਹਾਂ ਬੜੇ ਪੈਸੇ ਮੰਗਦਾ। ਹਾਂਜੀ ਮੰਗ ਟਿਕਟੋਕ ਬਣਾਉਂਦਾ ਫਿਰ ਨਾ ਨਹੀਂ ਨਹੀਂ ਛੋਟਾ ਬੜਾ ਦੇ ਪੈਸੇ ਬੜਾ ਛੋਟਾ ਦੇ ਛੋਟਾ ਮਾਸ਼ਾਅੱਲਾ ਸੋਨਾ ਚਾਚਾ ਮੂਹੋਂ ਕੀ ਆ ਮੂਹੋਂ ਚੰਗਾ ਪੱਕਾ ਮੁੱਲ ਦੱਸ ਕੀ ਲੈਣੇ 4-3 ਤੂੰ ਸਾਡੇ ਤੋਂ ਵੀ ਬਹੁਤਾ ਥੱਕੇ ਆ 2 ਘੰਟੇ ਉਹਨੂੰ ਪੱਕਾ ਮੁੱਲ ਪੁੱਛਦਾ ਪਏ ਆ ਹਾਂ ਲੋ ਜੀ ਮੈਂ ਤਿੰਮੀ ਸਾਹਿਬ ਇੱਕ ਪੱਕਾ ਹਿਸਾਬ ਲਾ ਲਿਆ ਮੈਂ ਸਭ ਤੋਂ ਔਖਾ ਲੈਣਾ ਨਾ ਸੰਡਾ ਹੀ ਆ ਇੰਨੀ ਦੇਰ ਨੂੰ ਮੰਡੀ ਜਾਈਦਾ ਸੀ 50 ਮੱਝਾਂ ਖਰੀਦ ਲਈ ਤੇ ਅੱਜ ਸਵੇਰ ਦਾ ਸੰਡਾ ਲੈਣ ਆਇਆ ਹਾਂ ਅੱਜ ਜ਼ੇਨ ਨਹੀਂ ਬਣਦਾ ਜ਼ੇਨ ਕੀ ਸੰਡਿਆਂ ਦੇ ਮੁੱਲ ਹੀ ਬੜੇ ਨੇ ਇੱਕ ਕੱਟਾ ਖਲੋਤਾ ਚਾਚਾ ਕੀ ਹਾਲ ਏ ਚਾਚਾ ਜੀ ਕਿੱਥੋਂ ਦੇ ਜੇ ਕੀ ਮੰਗਦਾ ਕੱਟੇ ਦਾ 4.5 ਲੱਖ ਚਾਚਾ ਵੀਡੀਓ ਚ ਤੇਰੀਆਂ ਹੱਡੀਆਂ ਵੀ ਹੁੰਦੀਆਂ ਵੇ ਪੱਕਾ ਕਿੰਨੇ ਦਾ ਦੇਣੇ 3 ਲੱਖ 10 ਘੱਟ ਨਹੀਂ ਦੇਣਾ ਪੱਕੀ ਆਵਾਜ਼ ਦੇ ਦੇ ਇਹ ਪੱਕੀ ਆਵਾਜ਼ ਹੈ ਕੀ ਆ ਕੱਟਾ ਭਾਦੀ ਲਿਆ 3,68,000 ਦਾ ਤੇ ਨੰਬਰਦਾਰ ਸਾਹਿਬ ਸਵੇਰੇ 2.5 ਦਾ ਵੇਚ ਕੇ ਕਿੰਨੇ ਪੈਸੇ ਪਏ 1,18,000 ਕੋਈ ਨਹੀਂ ਇਹ ਸਗੋਂ ਮੱਤ ਆਉਂਦੀ ਏ ਘਾਟਾ ਜਦੋਂ ਪੈਂਦਾ ਨਾ ਉਦੋਂ ਬੰਦੇ ਨੂੰ ਅਕਲ ਜ਼ਿਆਦਾ ਆਉਂਦੀ ਏ ਜ਼ਿਆਦਾ ਕਰਵਾਉਂਦੀ ਹਾਂ ਭਾਈ ਇਹ ਪੈਸੇ ਦੀ ਲਾਸ਼ ਆ ਲੋ ਫੜੋ ਕਰੋ ਬਿਸਮਿਲਲਾ ਘਰ ਅੱਗੇ ਦਿੱਤਾ ਜੀ ਨਹੀਂ ਨਹੀਂ ਮੈਂ ਦੱਸਿਆ ਹੁਣ ਕੋਈ ਨੀ ਗੱਲ ਦੁਆ ਕਰੀ ਅੱਲਾ ਤੁਹਾਡੇ ਨਸੀਬ ਕਰੇ ਸਹੀਏ ਹਾਂ ਕਾਪੀ ਪੂਰੀ 67,000 ਰੁਪਇਆ ਦੇ 67,000 ਰੁਪਇਆ ਦੇ ਗਿਣ ਕੇ ਚਾਚਾ ਇੱਕ ਇੱਕ ਨੋਟ ਚੈੱਕ ਕਰ ਲਾ ਬਾਅਦ ਵਿੱਚ ਹੋ ਗਿਆ ਨੇ ਚੈੱਕ ਅੱਲਾ ਦੀ ਆਸ ਹੀ ਹੋ ਗਿਆ ਨੇ ਅੱਲਾ ਦੀ ਆਸ ਕਿੱਥੇ ਕਿਹਨੇ ਮੈਂ ਕਿੱਥੇ ਕੱਲਾ ਨਹੀਂ ਆ ਮੈਨੂੰ ਕਿਉਂ ਫੜਾਉਂਦੇ ਇਹਨੂੰ ਫੜਾ ਆਪਣੇ ਨਾਲ ਦੇ ਚਾਚਾ ਹੈ ਕਿੱਥੋਂ ਦੇ ਸ਼ਨਾਖਤ ਦੀ ਕਾਰਡ ਦੇ ਉਹ ਫੋਟੋ ਜਿੰਨੀਆਂ ਮਰਜ਼ੀ ਖਿੱਚ ਪਾ 20 ਵੇ ਤੇ ਜਾ ਕੇ ਉਹ ਨਹੀਂ ਸਾਨੂੰ ਪਤਾ ਤੇ ਹੋਇਆ ਸੀ ਤੇ ਕੋ ਲੈ ਬਾਹਰ ਜਾ ਕੇ ਕੋਈ ਕਹਿ ਦੇ ਕਿ ਇਹ ਵੀ ਤੇ ਪ੍ਰੂਫ ਹੋਣਾ ਹੈ ਨਾ ਕੀ ਹੈ ਚਾਚਾ ਅਬਾਸ ਅਲੀ ਐਜ਼ਾਰ ਕਾਟ ਹੈ ਇੱਕ ਉਹ ਆਧਾਰ ਹੋਣਾ ਜੀ ਤੇ ਕਾਪੀ ਸੁੱਧ ਵੀ ਕੱਢ ਕੇ ਇਸ ਤਰ੍ਹਾਂ ਕਾਂਡਾ ਨਾਲ ਕਾਰਡ ਭਰਾ ਕੇ ਜੋ ਇਹਨਾਂ ਦੇ ਨਾਲ ਦੱਸ ਜਾ ਉਹ ਮੈਂ ਸਾਡੇ ਕੋਲ ਇਹਨਾਂ ਦਾ ਆ ਰਿਹਾ ਉਹ ਵੀ ਆਣਾ ਜਿਹਦਾ ਨਾਮ ਲੋਏ ਫਿਰ ਮੇਰੇ ਕੋਲ ਹੋ ਚਲੋ ਦੁੱਧ ਨਹੀਂ ਮਿਲਿਆ ਕੋਈ ਨਹੀਂ ਆ ਮੇਰੇ ਕੋਲ ਤੂੰ ਤੇ ਨਹੀਂ ਦੀ ਸਾਹਮਣੇ ਦਾ ਆਧਾਰ ਉਹ ਹੀ ਆਧਾਰ ਮੈਂ ਦਿੱਤਾ ਜਿਹੜਾ ਤੂੰ ਦਿੱਤਾ ਸੀ ਉਹ ਕਾਪੀ ਤੋਂ ਕੱਢ ਕੀਤਾ ਸੀ ਕਾਪੀ ਤੋਂ ਕੱਢ ਕੇ ਹੋ ਗਿਆ ਪੂਰਾ 60,000 ਰੁਪਇਆ ਗਿਣਾ ਸੀ ਆਇਆ ਝੋਟਿਆਂ ਜੇ ਲੋ ਜੀ ਅੱਕ ਅਸੀਂ ਵੀ ਗਏ ਸੀ ਤੇ ਅੱਕ ਚਾਚਾ ਵੀ ਗਿਆ ਮੈਂ ਨਹੀਂ ਥੱਕਿਆ ਮੇਰਾ ਬੇਲੀ ਅੱਕ ਵਿਚ ਨੇ ਸਵਾਲ ਬੇੜੀ ਬਿਠਾ ਦੀ ਬੇਲੀ ਅੱਕ ਗਿਆ ਹਾਂ ਸਵਾਲ ਬੇੜੀ ਬਿਠਾ ਦੀ ਸਨਵਾਰ ਕੇ ਉਹਨੇ ਬੇੜੀ ਹੁਣ ਉਹ ਇਹਦਾ ਵੱਡਾ ਲੈ ਲਿਆ ਇਹਨੇ ਹਾਂ ਉਹ ਇਹਦਾ ਵੱਡਾ ਲੈ ਲਿਆ ਇਹਨੇ ਅਗਰ ਨਫੇ ਬਾਜ ਚੋ ਸਰਦੀ ਦੇ ਇਹ ਨਫੇ ਨੁਕਸਾਨ ਹੀ ਨਹੀਂ ਹੁੰਦੇ ਕਰੋ ਅਸੀਂ ਮਾਜ ਲੈ ਲੈ ਮਾਜ ਲੱਤ ਟੁੱਟ ਗਈ ਮੈਂ ਮੇਰੇ ਪਿੰਡ ਬਾਹਰ ਕਰ ਲਈ
ਤੇ ਸਾਨੂੰ ਕਿਉਂ ਦੱਸਣ ਦੇ ਆਪਣੇ ਯਾਰ ਦੀਆਂ ਬਰਾਈਆਂ ਉਹ ਵਿੱਚੇ ਬਾਹਰ ਆ ਜਾਂਦਾ ਨਾ ਜੋ ਲੈ ਜੀ ਲਿਆ ਟੰਦਰ ਗਿਆ ਹਲੋ ਵਪਾਰੀ ਬੰਦਾ ਦਲੇਰੀ ਕਰ ਜਾਂਦਾ ਉਹਦਾ ਘਾਟਾ ਪਾਰੇਗਾ ਇਸ ਤੋਂ ਅੱਗੇ ਮੇਰੇ ਨਾਲ ਕੀ ਕਰ ਕੀ ਲੈਗਾ ਕਰ ਕੀ ਲਏਗਾ ਮੇਰਾ ਕੁਝ ਵੀ ਨਹੀਂ ਬਸ ਦੁਆ ਕਰੀ ਮਾਲ ਚ ਰੱਖਣਾ ਮੈਂ ਕਿਹੜਾ ਕੋਣ ਹਾਂ ਸਰ ਵਾਲਾ ਰਵਾਂ ਦਾ ਸਹੀ ਜਵਾਬ ਆ ਰਿਹਾ ਯਾ ਓ 3 ਲੱਖ 60 ਦਾ ਜਾ ਬਿਆ ਤਾਂ ਕਰੀ ਜਾ चंगा रब रखा चाचा 10,000 सस्ता वेच तो होना 1,18,000 रुपये पा के महंगा लाया लो जी संडा लैन दा ठीक है हवेली आ गया अपनी सारिया मज्जां दे इस्तकबाल वास्ते खलोती 3,68,000 रुपये का आया 2,50,000 का भी कहा ते 1,18,000 रुपया पाक किराया कुराया पाक 1,25,00,000 रुपया लग गया यो गल हो गई कि जट की अकल गई मज वेच के घोड़ी लई दुध पीनो गया लिद चुकनी पई घरदियां दियां गालां वखरियां आंदियां सारी कहावतां सुनन नूं मिल पईआं अब्बा मेरा कहिंदा कमला पुत करे व्यापार लियावे ब्याज ते दवेदार 1,25,00,000 रुपया ला के तू की कमाया इहदे चों मैं क्या चलो कोई नहीं जेड़ा आंदा सी कहिंदा सी संडा कोई नहीं सोना थोड़ा संडा सोना लियाओ ले आंदा संडा सोना आपा क्यों आऊं सोना है किन्ने दा 3,68,000 हां सोना चलो जी इनू अन छड़दे आपा मज्जां दे विच ते काम कुम अपना बथेरा रहिंदा हले पठे पुठे पान वाले ते ओ करदे आ लो जी जानी नाल अपनी लगी सी शर्त ते बकरी पई है सू दो भी ले लेने जानी साहब हैं चल फिर कैंटा कुछ समझ दे खुदा दी कुदरत देखो आ बच्चा दिता बकरी ने एदे ऊपर एदे वाल ही नहीं है नाल ओदा भरा आयो चंगा भला है ते उरले दे वाल ही नहीं है चलो ए खुदा दा निजाम है जानी साहब ठीक हो गया ना हां एक कैंटा सोना है मेनू लगता है मेनू एदा ध्यान रखना पैना नू कहा ना चल जान लो जी अपना सी रोजा ते थक हार के हो गई सी बस आ के गया मैं सौ कुछ जैनी को जितया सी मैं शर्त ते फिर अपनी पनीरी नू लगन वाला सी पानी ए पनीरी जिहड़ी तुसी देख रहे हो ए मूंजी दी हाईब्रिड दी है 504B है सन क्रॉप दा ते ए असी अज ऐतकी मूंजी लानी है दो वारी कणक वढ़दे आ सारी ना आपां मूंजी लानी स्टार्ट कर देनी है क्योंकि अपनी पनीरी तैयार हो जानी है विसाख नू 13-14 नू विसाख चढ़ना तो विसाख तो कणक वड्डी जानी उन्नी देर नू अपनी हो जानी पनीरी तैयार तो इस करके इनू अज पानी लाना सी मोटर चलाई टूली नाता उत्थे मैं तो पानी सीधा किया तो पानी मैं क्या अंदर खाल भर जाएगा आपां इनू खिलार दी खाद खाद इनू पा रहे हैं यूरिया तो यूरिया खाद पा के उस तो बाद अपने पानी आई जाना नक्का सीधा करते हैं दो बारी ऐतकी आप लानी मूंजी पहले हाईब्रिड लावांगे फिर उस तो बाद 1509 लावांगे है तो वह भी हाईब्रिड ही है पर यह वे ऐतकी रिक्स लैके वेखना कोई 25-26 किलो जी ना ये लानी है तकरीबन कोई 6-7 कनाल पनीरी बीजी है वेखो किन्नी मूंजी लगती हैं थानू अपडेट करते रहेंगे नाले वेखते हैं असल की होंदा तो इतों लाना होना आप पानी पानी खाल भर गया सी खाद खिलार दें हाथ नू लाया जट ने थुक त्या मारिया टप्पा इनू थुक लाना कोई वह बड़ी वड्डी गल नहीं है सिर्फ इस करके कई पकड़ पक्की हो जाती है तो कम वधिया हो जाता कई वेख के कहिंदे ने गंदा भी पर की करी हाथ तो मजबूर आदत बनी है बाबियां नू वेंदे आए सी ते असीं भी करन लग पे फिर तुहानू पता पईआं आदतां जिहड़ियां उह छेती मुकदियां नहीं सियाणियां दी कहावत आ हटे नू लाओ ना ते लगे नू हटाओ ना इस करके हुण सानू लगे ही रहन दिओ रोज़ा भी लग रहा सी ते उस तो बाद काम
तो फिर करना ही पैना, कोई नहीं पानी दे विच थोड़ी जी ठंड हो गई, काम लगा रहे फिर बंदा फिर काम ईजी हो जाता। लो जी आप लाया सी पनीरी नू पानी, तो सरदार हो रही आए ने सानू यूके तो। हाँ जी यूके तो। हाँ यूके तो पाकिस्तान आए सी, ये साढ़े घरे आए थे मिलन, बहुत बहुत मेहरबानी इन्हों की। होर कैसा जा रहा ताड़ा तू है? बहुत वधिया जी, बहुत वधिया टूर जी, दो दिन हो गए आया नू। हाँ जी किथे किथे गए हो? अज असी गए सी ननकाना साहब। हाँ जी कल असी गए सी पंजा साहब इस्लामाबाद। अच्छा इस्लामाबाद भी हो आए? हाँ जी हाँ जी। होर दो गुरुद्वारे देख के आए, सच्चा सौदा ननकाना साहब। पाकिस्तान किवें लग्या फिर? पाकिस्तान जी बहुत वधिया जी, बहुत लोग प्यार करन वाले ने, बहुत खिदमत करदे ने। फर्स्ट टाइम आए? फर्स्ट टाइम आए जी। माता और मंजी ते बैठे, कहंदे मैं बहुत देर बाद मंजी ते बैठी हां। ते नाल उन्हां दे बेटी आए ने। तुहानू किवें लगा पाकिस्तान? मतलब रोटी वधिया। असी पाकिस्तानी है ना, सानू सब तो कुछ वधिया लगे ना लगे बस रोटी वधिया होनी चाहिदी है। नहीं कल असी लाहौर गए सी के मनाल रेस्टोरेंट च। हाँ लाहौर उपर। हाँ जी बहुत अच्छा उन्हां दा फूड दा टेस्ट हुंदा। बहुत नाइस आ, देखो तुहानू घुमा रहा चीजा गाइड कर रहा। ਬਹੁਤ ਇੰਪ੍ਰੈਸ ਹੋਇਆ ਮੈਂ ਇੱਥੋਂ ਦੀ ਜਿਹੜੀ। ਤੇ ਜਿਹੜੇ ਲੋਕ ਆਣਾ ਚਾਹੁੰਦੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਅਸੀਂ ਤਾਂ ਕਹਿੰਦੇ ਆ ਵੈਲਕਮ ਉਹਨਾਂ ਲਈ, ਜ਼ਰੂਰ ਆਓ। ਹਾਂ ਉਹ ਲੋਕਾਂ ਦੇ ਵਿੱਚ ਉਹ ਜੋ ਬਣਿਆ ਹੋਇਆ ਵਿਚਾਰ ਬਣੇ ਹੋਏ ਨੇ। ਹਾਂਜੀ ਆ ਕੇ ਦੇਖਣਗੇ, ਉਹ ਸਭ ਮੀਡੀਆ ਦੀ ਕ੍ਰੀਏਸ਼ਨ ਹੈਗੇ ਆ। ਪਰ ਇੱਥੇ ਜਿਹੜੇ ਲੋਕ ਆ ਬਹੁਤ ਪਿਆਰ ਕਰਨ ਵਾਲੇ ਨੇ, ਲੋਕ ਬਹੁਤ ਹੀ ਹੌਸਪਿਟੈਲਿਟੀ ਕੀਤਾ। ਹਾਂਜੀ ਫੈਮਿਲੀ ਆਈ ਆ, ਅੰਕਲ ਹੋਰੀ ਮਾਂ ਜੀ ਤੇ ਉਹਨਾਂ ਦੀ ਬੇਟੀ ਤੇ ਘੁੰਮ ਰਹੇ ਨੇ, ਕਰਦੇ ਨੇ ਸਰਦਾਰਾਂ ਦੀ ਬਹੁਤ ਰਿਸਪੈਕਟ ਇੱਥੇ। ਹਾਂਜੀ ਬਹੁਤ ਰਿਸਪੈਕਟ ਕਰ, ਬਹੁਤ ਕਰਦੇ ਇੱਥੇ। ਵਨ ਲੈਂਗੁਏਜ ਵਨ ਕਲਚਰ। ਕੀ? ਵਨ ਲੈਂਗੁਏਜ ਵਨ ਕਲਚਰ। ਅੱਛਾ ਇੱਕੋ ਜ਼ਬਾਨ ਤੇ ਇੱਕੋ ਕਲਚਰ। ਹਾਂ ਬਾਕੀ ਇਹ ਇੱਥੇ ਜੀ ਸਾਨੂੰ ਖੁਸ਼ੀ ਇੰਨੀ ਵਧੀਆ ਹੁੰਦੀ ਹੈ ਕਿ ਜੋ ਅਸੀਂ ਖਾਣਾ ਪੀਣਾ ਚਾਹੁੰਦੇ ਸਾਨੂੰ ਮਿਲਦਾ ਇੱਥੇ। ਹਾਂ ਇੱਥੇ ਸਭ ਕੁਝ ਖਾਣ ਨੂੰ ਮਿਲਦਾ, ਸਭ ਟੇਸਟ ਉਹਦਾ ਇੰਡੀਆ ਵਾਂਗੂ ਹੀ। ਇੱਥੇ ਵੀ ਪੰਜਾਬ ਚੜ੍ਹਦੇ ਪੰਜਾਬ ਵਾਂਗੂ ਕੋਈ ਫੀਲ ਹੀ ਨਹੀਂ, ਅਸੀਂ ਚੜ੍ਹਦੇ ਪੰਜਾਬ 'ਚ ਬੈਠੇ ਹਾਂ, ਲਹਿੰਦੇ ਪੰਜਾਬ 'ਚ ਬੈਠੇ ਹਾਂ। ਦੇਖੋ ਜੀ ਪੰਜਾਬ ਤੇ ਪੰਜਾਬ ਹੈ, ਚੜ੍ਹਦਾ ਕੀ ਤੇ ਲੈਂਦਾ ਕੀ। ਪੰਜਾਬ ਤੇ ਇੱਕ ਹੀ ਸੀ, ਇੱਕੋ ਬੋਲੀ ਆ, ਇੱਕੋ ਖਾਣ ਪਾਣ, ਹਾਂ ਇੱਕੋ ਜਿਹਾ ਪਹਿਨ। ਹਾਂਜੀ ਹਾਂਜੀ ਚਲੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਜਿਹੜੇ ਭੈਣ ਭਰਾ ਉੱਥੇ ਹੈਗੇ ਆ, ਜੇ ਉਹ ਵੀ ਗੁਰਦੁਆਰੇ ਦੀ ਯਾਤਰਾ ਕਰਨਾ ਚਾਹੁੰਦੇ ਆ ਜਾਂ ਉਸ ਤਰ੍ਹਾਂ ਪਾਕਿਸਤਾਨ ਘੁੰਮਣਾ ਚਾਹੁੰਦੇ ਆ ਤੇ ਸੇਫਟੀ ਵਜੋਂ ਕੋਈ ਪ੍ਰੋਬਲਮ ਨਹੀਂ ਇੱਥੇ। ਤੁਸੀਂ ਕਿਵੇਂ ਆਏ ਸੀ ਪਾਕਿਸਤਾਨ? ਅਸੀਂ ਇਹ ਵਾਹਗਾ ਬਾਰਡਰ ਤੋਂ ਆਏ ਜੀ। ਨਹੀਂ ਤੁਹਾਨੂੰ ਕਿਸੇ ਨੇ ਗਾਈਡ ਕੀਤਾ ਸੀ ਜਾਂ ਕੀ ਸੀ? ਨਹੀਂ ਨਹੀਂ ਅਸੀਂ ਸਾਡਾ ਵਿਚਾਰ ਬਣਿਆ ਵੀ ਅਸੀਂ ਜਿਹੜੇ ਨਾਸਰ ਢਿੱਲੋਂ ਸਾਹਿਬ ਆ ਜਾਂ ਵਿਕਾਸ ਉਹਨਾਂ ਦੇ ਬਲੌਗ ਦੇਖਦੇ ਕਿ ਸਾਡੇ ਮਨ 'ਚ ਇੱਛਾ ਹੋਈ ਵੀ ਅਸੀਂ ਵੀ ਆਪਦੀ ਧਰਤੀ ਦੇਖ ਕੇ ਆਈਏ ਜਿੱਥੋਂ ਸਾਡੇ ਬਜ਼ੁਰਗ ਆਏ ਆ। ਠੀਕ ਹੈ ਉਸੇ ਕਰਕੇ ਅਸੀਂ ਪਲਾਨ ਕੀਤਾ ਸੀਗਾ। ਰਾਬਤਾ ਕਿਹਦੇ ਨਾਲ ਕੀਤਾ ਸੀ? ਰਾਬਤਾ ਅਸੀਂ ਵਿਕਾਸ ਹੈਦਰ ਨਾਲ ਕੀਤਾ। ਹਾਂਜੀ ਤੇ ਜਿਹਨੇ ਵੀ ਆਉਣਾ ਵਿਕਾਸ ਹੈਦਰ ਨਾਲ ਰਾਬਤਾ ਕਰਕੇ ਆ ਸਕਦਾ। ਆ ਸਕਦਾ ਜਿਹਦੀ ਵੀ ਕੋਈ ਇੰਨੀ ਪ੍ਰੋਬਲਮ ਨਹੀਂ ਆਉਂਦੀ ਗਈ। ਹਾਂਜੀ ਇਸ ਕਰਕੇ ਜੋ ਵੀ ਸੱਜਣ ਇੱਥੇ ਵਿਜ਼ਿਟ ਕਰਨਾ ਚਾਹੁੰਦਾ ਆਪਦੇ ਬਜ਼ੁਰਗਾਂ ਦੀ ਆਪਦੇ ਵਡੇਰਿਆਂ ਦੀ ਧਰਤੀ ਨੂੰ ਦੇਖਣਾ ਚਾਹੁੰਦਾ। ਹਾਂਜੀ ਨਾਲੇ ਉਹ ਬੱਚੇ ਨੇ ਸਾਡੀ ਬਾਹ ਫੜੀ ਅਸੀਂ ਆਏ। ਬਾਕੀ ਜਿਹੜਾ ਵਿਕਾਸ ਦਾ ਪ੍ਰਬੰਧ ਹੈਗਾ, ਹਾਂਜੀ ਵਾਹਗਾ ਬਾਰਡਰ ਤੋਂ ਲੈ ਕੇ ਆਉਣਾ ਸਾਰਾ ਘੁਮਾਉਣਾ ਫਰਾਉਣਾ ਕੋਈ ਵੈਰੀ ਗੁੱਡ ਨਹੀਂ ਹੋਈ ਸਾਡੀ। ਚਲੋ ਜੀ ਬਹੁਤ ਵਧੀਆ ਲੱਗਿਆ ਇਧਰੋਂ ਵੀ ਕਿਸੇ ਨੇ ਪੁੱਛਿਆ ਤਾਂ ਸਿੰਜਾ ਵੇਖਿਆ। ਹਾਂਜੀ ਬਾਕੀ ਜਿਹੜੇ ਬਾਰਡਰ ਦੇ ਇਮੀਗ੍ਰੇਸ਼ਨ ਦੇ ਪੀਪਲ ਆ ਦੇ ਵੈਰੀ ਫਰੈਂਡਲੀ, ਬਹੁਤ ਕੋਆਪਰੇਸ਼ਨ ਕੀਤਾ, ਕੋਈ ਐਸੀ ਗੱਲ ਨਹੀਂ ਜੀ, ਪੂਰੀ ਹਸਪਿਟੈਲਿਟੀ। ਚਲੋ ਇਹ ਗੱਲ ਨੇ ਤੁਹਾਡੀ ਨੇ ਲੋਕਾਂ ਦਾ ਡਰ ਲਾ ਦੇਣਾ। ਨਾ ਉਹਨਾਂ ਕਿਸੇ ਨੇ ਸਾਨੂੰ ਪੁੱਛਿਆ, ਹਾਂਜੀ ਇੰਡੀਆ ਵਾਲਿਆਂ ਨੇ ਨਾ ਪਾਕਿਸਤਾਨ ਵਾਲਿਆਂ ਨੇ ਵੀਜ਼ਾ ਦੇਖਿਆ ਕਹਿੰਦੇ ਜਾਓ। ਨਨਕਾਣਾ ਸਾਹਿਬ ਗਏ ਉੱਥੇ ਵੀ ਬਹੁਤ ਉਹਨਾਂ ਨੇ ਰਿਸਪੈਕਟ ਕੀਤੀ ਸਾਡੀ, ਸੱਚਾ ਸੌਦਾ ਵੀ ਬਹੁਤ ਵਧੀਆ। ਸਰ ਜੀ ਦੇਖੋ ਇੰਨੀ ਦੂਰੋਂ ਤੁਸੀਂ ਆਏ ਹੋ, ਹਾਂਜੀ ਤੇ ਫਿਰ ਜਦੋਂ ਅੱਗੋਂ ਤੁਸੀਂ ਅਨਨੋਨ ਬੰਦਿਆਂ ਨੂੰ ਮਿਲੋ, ਹਾਂਜੀ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ,
ਪਰ ਸਾਡਾ ਫਿਰ ਉਹ ਰਿਸਪੈਕਟ ਦੇਣ ਫਿਰ ਬੰਦੇ ਨੂੰ ਚਾਹ ਤੇ ਚੜਦਾ ਹੀ ਆ ਸਾਨੂੰ ਫੀਲ ਹੀ ਨਹੀਂ ਹੋਇਆ ਵੀ ਅਸੀਂ ਕਿ ਬਾਹਰ ਦੀ ਕੰਟਰੀ 'ਚ ਬੈਠੇ ਹੋਏ ਸਾਨੂੰ ਤਾਂ ਆਪਣਾ ਹੀ ਮਹਿਸੂਸ ਹੋਇਆ ਇੱਥੇ ਇਹ ਨਹੀਂ ਬਾਹਰ ਦੀ ਕੰਟਰੀ ਬਾਹਰ ਤੇ ਅਸੀਂ ਜਾਂਦੇ ਆ ਪਾਕਿਸਤਾਨੀ ਕੋਈ ਮਹਿਸੂਸ ਨਹੀਂ ਹੋਇਆ ਇੱਥੇ ਅਸੀਂ ਲੱਗਦਾ ਕਿ ਅਸੀਂ ਆਪਣੇ ਇੰਡੀਆ 'ਚ ਜਿੱਦਾਂ ਸਾਨੂੰ ਕੋਈ ਇੰਨੀ ਵਰੀ ਨਹੀਂ ਇੱਥੇ ਵੀ ਜਿੱਥੇ ਮਰਜ਼ੀ ਜਾਈਏ ਭੈਣ ਭਰਾਵਾਂ 'ਚ ਬਹੁਤ ਪਿਆਰ ਮੁਹੱਬਤ ਹੈ ਇੱਥੇ ਕਿੰਨੇ ਦਿਨ ਵਾਸਤੇ ਆਏ ਤੁਸੀਂ ਸਰਦਾਰ ਜੀ ਅਸੀਂ 1 ਵੀਕ ਵਾਸਤੇ ਆਏ ਸੀਗੇ 2 ਦਿਨ ਹੋਏ ਆ ਵੈਸੇ ਵੀਜ਼ਾ ਤੁਹਾਡਾ 1 ਮੰਥ ਦਾ ਵੀਜ਼ਾ ਸਾਡਾ 1 ਮਹੀਨੇ ਦਾ ਹੈਗਾ ਅਸੀਂ 1 ਮਹੀਨਾ ਰਹਿ ਸਕਦੇ ਹਾਂ ਪਰ ਹੁਣ ਕੰਮਾਂ ਕਰਾਂ ਕਰਕੇ ਵਾਪਸ ਤਾਂ ਜਾਣਾ ਹੀ ਪੈਣਾ ਕੰਮ ਤੁਹਾਡੇ ਉੱਥੇ ਹਰ ਬੰਦਾ ਕੰਮ ਕਰਦਾ ਹਾਂਜੀ ਹਾਂਜੀ ਤੁਸੀਂ ਜੋਬ ਕਰਦੇ ਹਾਂਜੀ ਹਾਂਜੀ ਮੇਰੇ ਕੋਲ ਸਕੂਲ ਕੰਟਰੈਕਟ ਟਰਾਂਸਪੋਰਟਰ ਆਪਣੇ ਜਿਹੜੇ ਹੁੰਦੀ ਆ ਤੇ ਸਾਡਾ ਅੱਬਾ ਵਿਹਲਾ ਸਾਨੂੰ ਗਾਲਾਂ ਕੱਢੀ ਜਾਂਦਾ ਬਸ ਉਹਨਾਂ ਦੇ ਵਿਹਲੇ ਇਸ ਉਮਰ ਦੇ ਵਿੱਚ ਤੁਸੀਂ ਇਸ ਉਮਰ 'ਚ ਵੀ ਜੋਬ ਕਰਦੇ ਹੋ ਮੇਰੇ ਬਾਪੂ ਦੀ ਜੋਬ ਨਾ ਅਸਲ 'ਚ ਸਾਨੂੰ ਗਾਲਾਂ ਕੱਢਣ ਦੀ ਹੈ ਤੇ ਪਰ ਸਾਡੇ ਹੁਣ ਯੂਪੀ 'ਚ ਉਹਨੂੰ 67 ਸਾਲ ਦੀ ਉਮਰ 'ਚ ਰਿਟਾਇਰਮੈਂਟ ਆ 3 ਸਾਲ ਹੋਰ ਕੰਮ ਕਰਨਾ ਬਸ ਫਿਰ ਰਿਟਾਇਰ ਹੋ ਸਹੀ ਬਾਕੀ ਜੇ ਦਾਤੇ ਨੇ ਸਿਹਤ ਬਖਸ਼ੀ ਤਾਂ ਚਲੋ ਜੀ ਦੀ ਗੱਲ ਹੀ ਹੈ ਵਧੀਆ ਗੱਲ ਹੈ ਬਹੁਤ ਵਧੀਆ ਤੁਸੀਂ ਆਏ ਹੋ ਤੇ ਭੈਣ ਨੂੰ ਪੁੱਛਣਾ ਆਪਣੇ ਤੋਂ ਕੁਝ ਪੁੱਛਣਾ ਹਾਂਜੀ ਭੈਣ ਜੀ ਤੁਹਾਨੂੰ ਕਿਵੇਂ ਲੱਗਾ ਪਾਕਿਸਤਾਨ ਗ੍ਰੇਟ ਗ੍ਰੇਟ ਹਾਈਲੀ ਰეკਮੈਂਡ ਥੋੜੀ ਜੀ ਪੰਜਾਬੀ ਬੋਲ ਦੋ ਨਾ ਪੰਜਾਬੀ ਚ ਕੀ ਕਹਿੰਦਾ ਹੁਣ ਜੱਜਮੈਂਟ ਜੱਜਮੈਂਟ ਨੂੰ ਪੰਜਾਬੀ ਚ ਕਹਿੰਦਾ ਮੈਨੂੰ ਆਪ ਨਹੀਂ ਪਤਾ ਜੱਜਮੈਂਟ ਹੀ ਕਹਿ ਲਓ ਨੋ ਟ੍ਰਾਂਸਲੇਸ਼ਨ ਬਹੁਤ ਵਧੀਆ ਸਾਨੂੰ ਇੰਗਲਿਸ਼ ਹੀ ਨਹੀਂ ਆਉਂਦੀ ਸੀ ਟ੍ਰਾਂਸਲੇਟ ਕਿਤੋਂ ਕਰ ਰਹੀ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਤੁਸੀਂ ਕੀ ਕਰਦੇ ਹੋ ਮੈਂ ਹੈਗੀ ਆ ਵਕੀਲ ਵਕੀਲ ਅੱਛਾ ਲੋਕਾਂ ਦੀਆਂ ਸੁਲਾਹ ਕਰਵਾਉਂਦੇ ਹੋ ਰਫੜ ਮਕਾਂਦੇ ਹੋ ਪ੍ਰੋਬਲਮ ਸੋਲਵਡ ਕਰਦੇ ਲੋਕਾਂ ਦੀਆਂ ਪ੍ਰੋਬਲਮ ਸੋਲਵਿੰਗ ਕੋਈ ਨਹੀਂ ਜੀ ਕੋਈ ਨਹੀਂ ਕਰਦੇ ਬਸ ਪੈਸੇ ਲੈਂਦੇ ਇਹ ਅੰਕਲ ਜੀ ਤੁਸੀਂ ਵੀ ਕਿਹਾ ਤਾਂ ਤੁਹਾਡੇ ਉੱਥੇ ਵੀ ਇੰਜੀ ਪੈਸੇ ਲੈਂਦੇ ਨਹੀਂ ਨਹੀਂ ਯੂਕੇ ਦੇ ਵਿੱਚ ਜਿਹੜਾ ਕਰਪਸ਼ਨ ਨਹੀਂ ਹੈਗੀ ਨਹੀਂ ਜੀ ਇੱਥੇ ਵੀ ਦੇਖੋ ਬਹੁਤ ਅੱਛੇ ਲੋਕ ਨੇ ਹਾਂ ਜੀ ਬਸ ਬੰਦੇ ਤੇ ਡਿਪੈਂਡ ਕਰਦਾ ਕਿ ਅਗਲਾ ਬੰਦਾ ਕੀ ਕਰੇ ਬੰਦੇ ਅੰਗਲਾ ਬਰਾਬਰ ਨਹੀਂ ਨਾ ਹੁੰਦਾ ਹਾਂਜੀ ਵੀਡੀਓ ਬਣ ਰਹੀ ਹੁਣ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਥੈਂਕ ਯੂ ਸੋ ਮਚ ਅਸੀਂ ਰეკਮੈਂਡ ਕਰਦੇ ਆ ਜੇ ਕੋਈ ਵਿਜ਼ਿਟ ਕਰਨਾ ਚਾਹੁੰਦਾ ਪਾਕਿਸਤਾਨ ਦੀ ਵਿਦਆਊਟ ਫੀਅਰ ਆਓ ਬਿਨਾਂ ਡਰ ਤੋਂ ਆਓ ਲੋਕੀ ਚੰਗੇ ਨੇ ਹਾਂਜੀ ਇਹ ਤੁਸੀਂ ਜਾਣ ਲੱਗਿਆ ਵੀ ਇੱਕ ਵਾਰੀ ਦੱਸ ਕੇ ਜਾਣਾ ਤਾਂ ਕਿ ਸਾਰਿਆਂ ਨੂੰ ਤਸੱਲੀ ਹੋਈ ਹੈ ਹਾਂ ਨਹੀਂ ਨਹੀਂ ਠੀਕ ਹੈ ਸਾਰਿਆਂ ਨਾਲ ਨਾਲ ਭੇਜੀ ਜਾਂਦੇ ਆ ਨਾਲੋ ਨਾਲ ਫੋਟੋ ਆਪਦੇ ਜਿਹੜੇ ਸਾਡੇ ਭੈਣ ਭਰਾ ਉਹਨਾਂ ਨੂੰ ਭੇਜੀ ਦੀਆਂ ਵੀ ਹਾਂਜੀ ਉਹ ਪੁੱਛਦੇ ਨੇ ਨਾ ਫਿਰ ਹਾਂ ਕਿੱਥੇ ਹੋ ਕੀ ਕਰਦੇ ਪਏ ਹੋ ਹਾਂਜੀ ਹਾਂਜੀ ਉਹ ਉਹਨਾਂ ਦੀ ਕਿਉਰਿਓਸਿਟੀ ਹੈ ਨਾ ਵੀ ਅਸੀਂ ਕਾਫੀ ਅਰਸੇ ਬਾਅਦ ਆਏ ਆ ਇਹ ਹਰ ਵੇਲੇ ਅਰਦਾਸ ਕਰਦੇ ਸੀ ਯਾਰ ਕਦੋਂ ਟਾਈਮ ਮਿਲੂਗਾ ਇਹ ਸਭ ਕੁਝ ਹੋਇਆ ਆ ਬਲੌਗ ਬਲੂ ਦੇਖਣ ਕਰਕੇ ਹੋਇਆ ਮਨ 'ਚ ਇੱਛਾ ਜਾਗ ਗਈ ਮੇਰੇ ਫਰੈਂਡਸ ਵੀ ਕਹਿੰਦੇ ਕਿਉਂ ਜਾ ਰਹੇ ਹੋ ਤੁਹਾਡੇ ਫਰੈਂਡ ਕੀ ਕਹਿੰਦੇ ਕਿਉਂ ਜਾ ਰਹੇ ਹੋ ਦੇਖਣ ਨੂੰ ਕੀ ਆ ਉੱਥੇ ਹਾਂ ਤੁਹਾਨੂੰ ਤਾਂ ਦਿਖਾਉਣ ਦਾ ਹੈ ਨਾ ਕੀ ਉਹਨੂੰ ਭੇਜੋ ਸਾਡੀਆਂ ਮੱਝਾਂ ਦੀ ਫੋਟੋ ਕਿ ਦੇਖਣ ਨੂੰ ਆਇਆ ਵਾ ਇੱਥੇ ਹਾਂ ਬਹੁਤ ਕੁਝ ਦੇਖਣ ਨੂੰ ਸਿੱਖ ਹਿਸਟਰੀ ਹਿਸਟਰੀ ਸਿੱਖ ਹਿਸਟਰੀ ਬਹੁਤ ਅੱਛੀ ਹੈ ਮਹਾਰਾਜਾ ਰਣਜੀਤ ਸਿੰਘ ਦਾ ਤਾਂ ਅਸੀਂ 40 ਸਾਲ ਰਾਜ ਕੀਤਾ ਲਾਹੌਰ ਰਾਜਧਾਨੀ ਸੀ ਉਹਨਾਂ ਦੀ ਹਾਂਜੀ ਤੇ ਜੋ ਉਹਨਾਂ ਨੇ ਡਿਵੈਲਪਮੈਂਟ ਕੀਤੀ ਹੈ ਇੱਥੇ ਅਜੇ ਵੀ ਇਹਨਾਂ ਦੇ ਪਾਕਿਸਤਾਨ ਗਵਰਨਮੈਂਟ ਦਾ ਬਹੁਤ ਵਧੀਆ ਉਪਰਾਲਾ ਹੈ ਉਹਨਾਂ ਨੂੰ ਸਾਂਭ ਕੇ ਰੱਖਿਆ ਹੋਇਆ ਹਾਂਜੀ ਉਹਨਾਂ ਨੂੰ ਮੈਂ ਤੇ ਜਦੋਂ ਕ੍ਰਾਸ ਕੀਤਾ ਸੀ ਇਸ ਧਰਤੀ ਨੂੰ ਮੱਥੇ ਨਾਲ ਲਾਇਆ ਸੀ ਸਾਡੇ ਬਜ਼ੁਰਗ ਇੱਥੇ ਪੈਦਾ ਹੋਏ ਨੇ ਫਿਰ ਸਾਡੇ ਗੁਰੂਆਂ ਦੀ ਧਰਤੀ ਆ ਮੇਰਾ ਦਾਦਾ ਜਿਹੜਾ ਸੀ ਨਾ ਹਾਂਜੀ ਤੁਹਾਡਾ ਪਿੰਡ ਕਿਹੜਾ ਸੀ ਇੱਥੇ ਸਾਡਾ ਜੀ ਪਿੰਡ ਕਸੂਰ ਜ਼ਿਲ੍ਹੇ ਦੇ ਵਿੱਚ ਪੈਂਦਾ ਕੱਚੀ ਕੋਠੀ ਬੋੜ ਕੱਚੀ ਕੋਠੀ ਬੋੜ ਹਾਂ ਜਾਣ ਦਾ ਮਨ ਹੈ ਉੱਥੇ ਹਾਂ ਮਨ ਹੈਗਾ ਤੇ ਜੇ ਕੀ ਜੇ ਜਾਵਾਂਗੇ ਜੇ ਮਨ ਹੈ ਤੇ ਜਾਵਾਂਗੇ ਜਾਵਾਂਗੇ ਮਤਲਬ ਵੀ ਅੱਗੋਂ ਕਿ ਸੋਰਸਸ ਪੈਦਾ ਹੋਏ ਸੋ ਸਰ ਜੀ ਦੇਖੋ ਸੋਰਸਸ ਪੈਦਾ ਨਹੀਂ ਹੁੰਦੇ ਕਰੀਦੇ ਆ ਜਦੋਂ ਜਾਣਾ ਬਸ ਜਾਣਾ ਠੀਕ ਹੈ ਜੀ ਸਭ ਵਧੀਆ ਹਾਂ ਹੋਰ ਮਾਤਾ ਜੀ ਤੁਹਾਡਾ ਪਿੰਡ ਵੀ ਇੱਧਰ ਹੀ ਸੀ ਨਹੀਂ ਉਹ ਤਾਂ ਅੰਮ੍ਰਿਤਸਰ ਦੀ ਮਾਝੇ ਦੀ ਹੈ ਅੱਛਾ ਮਾਝੇ ਵਾਲੇ ਹਾਂਜੀ ਭੈੜੇ ਵੇ ਅਸੀਂ ਆਪ ਮਾਝੇ ਦੇ ਅਸੀਂ ਨਾ ਉਧਰ ਮਲਵਈ ਸੀ ਲੁਧਿਆਣਾ ਜਿਹੜਾ ਸੀ ਹਾਂਜੀ ਇੱਧਰ ਆਏ ਤੇ ਮਾਝੇ 'ਚ ਪੈ ਗਏ ਅਸੀਂ ਵੀ ਮਾਝੇ ਵਾਲੇ ਹਾਂ ਬਿਆਸ ਦੇ ਲਾਗੇ ਤੇ ਦੋਨੋਂ ਲੰਗੋ ਬਾਬੂ ਬਕਾਲੇ ਦੇ ਵਿੱਚ ਮੋਤੀ ਦੀ ਜੰਮਤਾਲ ਮੇਰਾ ਉੱਥੇ ਤੁਹਾਨੂੰ ਬਾਹਰ ਗਿਆ ਕਿੰਨੀ ਦੇਰ ਹੋ ਗਈ ਆ ਇਹਨਾਂ ਦਾ 77 ਦੇ ਗਏ ਨੇ 50 ਇਅਰਸ 58 ਸਾਲ 57 ਠੀਕ ਹੈ ਪਿੱਛੇ ਸੀ ਪਰ ਇੰਨਾ ਪਿੱਛੇ ਨਹੀਂ ਸੀ
34 ਸਾਲ ਸਾਨੂੰ ਹੋ ਗਏ ਆ ਉੱਥੇ ਮੈਂ 90 ਚ ਗਿਆ ਸੀ ਹਮਦਾ ਖਾਣਾ ਲਵਾ ਖਾਣਾ ਖਾ ਕੇ ਜਾਣਾ ਨਹੀਂ ਨਹੀਂ ਕਿਉਂ ਨਹੀਂ 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 ਅਸੀਂ ਲੰਗਰ ਛੱਕ ਕੇ ਆਏ ਉੱਥੋਂ ਦਾ ਮਹਾਰਾਜ ਮਗਰਬ ਹੋ ਗਿਆ ਸਿਕਰੀ ਹੋ ਗਏ ਸੀ ਨਾ ਕੱਲ ਸੋ ਉਹਨਾਂ ਨੇ ਫਿਰ ਜਾ ਕੇ ਰੈਸਟ ਕਰਨੀ ਥੋੜੀ ਜੀ ਅੱਛਾ ਖਾਣਾ ਖਾ ਕੇ ਬਿਮਾਰ ਹੋ ਜਾਂਦੇ ਹੋ ਖਾਣਾ ਬਹੁਤ ਖਾ ਲਿਆ ਉਹ ਫਿਰ ਰਾਤ ਅੱਜ ਵੀ ਅਸੀਂ ਲੰਗਰ ਦੋ ਵਾਰੀ ਛੱਕ ਲਿਆ ਪਹਿਲਾਂ ਸੱਚਾ ਅੱਛਾ ਤੁਸੀਂ ਨਾ ਖਾਂਦੇ ਬਹੁਤ ਥੋੜਾ ਥੋੜਾ ਸਾਡੇ ਕੋ ਮਹਿਮਾਨ ਆਉਂਦੇ ਨੇ ਨਾ ਹਾਂਜੀ ਅਸੀਂ 3-4 ਬੰਦਿਆਂ ਦਾ ਖਾਣਾ ਬਣਾਈ ਤੇ 10 ਬੰਦੇ ਖਾਣਾ ਖਾ ਲੈਂਦੇ ਸਾਡੇ ਮਤਲਬ ਰਾਤੀ ਬਿਲਕੁਲ ਥੋੜਾ ਥੋੜਾ ਡਾਈਟ ਕਰਦੇ ਆ ਪਤਾ ਨਹੀਂ ਕੋਈ ਚੱਕਰ ਹੈ ਨਹੀਂ ਹੁਣ ਮੈਂ ਤੁਸੀਂ ਤੇ ਇੱਥੇ ਫਿਰ ਲੇਬਰ ਕਰਦੇ ਹੋ ਜੈਨ ਤੇ ਬੈਠਾ ਹੈ ਤੁਹਾਡਾ ਥੋੜਾ ਜਿਹਾ ਤੁਸੀਂ ਨਾਲ ਪਚ ਵੀ ਜਿਆਦਾ ਡਾਈਜੈਸਟ ਹੋ ਜਾਂਦਾ ਨਾ ਤੁਸੀਂ ਮਿਹਨਤ ਕਰਦੇ ਜੇ ਹੁਣ ਬਹਿ ਜਾ ਕੋਈ ਨਹੀਂ ਆਪਾਂ ਫੇਰ ਟੁਰ ਲਵਾਂਗੇ ਘੰਟਾ ਕੋ ਫਿਰਦੇ ਰਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਨਹੀਂ ਨਹੀਂ ਮਾਤਾ ਜੀ ਦੇਖੋ ਤੁਸੀਂ ਸਾਡੇ ਘਰੇ ਆਇਓ ਬਹੁਤ ਖੁਸ਼ੀ ਦੀ ਗੱਲ ਹੈ ਤੁਸੀਂ ਇੰਨਾ ਸਫਰ ਕਰਕੇ ਮੇਰੇ ਕੋਲ ਇੱਥੇ ਆਏ ਮੇਰੇ ਮਾਂ ਪਿਓ ਦੀ ਏਜ ਦੇ ਜੇ ਮੇਰੇ ਵਾਸਤੇ ਇਸ ਤੋਂ ਵੱਧ ਖੁਸ਼ੀ ਦੀ ਹੋਰ ਕੀ ਗੱਲ ਹੈ ਬਹੁਤ ਸਾਨੂੰ ਖੁਸ਼ੀ ਹੋਈ ਤੇ ਆਪਣੇ ਘਰ ਆਏ ਕੋਈ ਇਹੋ ਜੀ ਗੱਲ ਨਹੀਂ ਹਾਂਜੀ ਫਿਰ ਖਾਣਾ ਖਾ ਕੇ ਜਾਣਾ ਖਾਣੇ ਵਾਲੋਂ ਸਾਨੂੰ ਐ ਵੀ ਚਾਹ ਬਣਵਾ ਲਈ ਫਿਰ ਇੱਕ ਵਾਰ ਚਾਹ ਪੀ ਲਈ ਨਹੀਂ ਨਹੀਂ ਬਸ ਹਾਂ ਬਸ ਅੱਜ 2-3 ਥਾਂ ਹੀ ਲੰਗਰ ਛਕਿਆ ਪਹਿਲਾਂ ਨਾ ਅੱਛਾ ਖਾਣ ਤੋਂ ਤੁਸੀਂ ਇੰਜ ਡਰਦੇ ਹੋ ਜਿਵੇਂ ਲੜਾਈ ਹੋਣ ਲੱਗੀ ਹੈ ਹਾਂਜੀ ਨਹੀਂ 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 ਫਿਰ ਉਹ ਡਾਈਜੈਸਟ ਵੀ ਹੋਵੇ ਤੇ ਫੇਰ ਹੀ ਹੈ ਨਾ ਹਾਂਜੀ ਚਲੋ ਜੀ ਬਹੁਤ ਵਧੀਆ ਲੱਗਿਆ ਥੈਂਕ ਯੂ ਸੋ ਮਚ ਕੁਦਰਤੀ ਮੈਂ ਰੋਟੀ ਖਾਂਦਾ ਹੈ ਦਿਹਾੜੀ 'ਚ ਇੱਕ ਵਾਰੀ ਰਾਤ ਨੂੰ ਹਾਂ ਤਾਂ ਹੀ ਹਲੇ ਕੈਮ ਜੇ ਹੁਣ ਇੱਥੇ ਹੁਣ ਕਿੰਨੀ ਏਜ ਹੋ ਗਈ ਆਪਣੀ ਮੇਰੇ 64 ਸਾਲ ਜਾ ਰਿਹਾ 64 ਕੱਲ ਇੱਕ ਨਾ ਇੱਥੇ ਪਰਸੋਂ ਆਏ ਭੈਣ ਜੀ ਸਾਡੇ ਕੋਲ ਹਾਂਜੀ ਮਾਤਾ ਜੀ ਵੀ ਉਹਨਾਂ ਨੂੰ ਮੈਂ ਕਿਹਾ ਸੀ ਬਹੁਤ ਹੀ ਅੱਛੇ ਨੇਚਰ ਦੇ 63 ਜਿਹੜੀ ਉਹਨਾਂ ਦੀ ਸੀ ਨਾ ਬਰਥਡੇ ਉਹ ਕਹਿ ਰਹੇ ਸੀ ਦੁਬਈ ਮਨਾਈ ਸੀ ਤੇ ਲੱਗ ਹੀ ਨਹੀਂ ਸੀ ਰਹੇ 63 ਦਿਨ ਮੈਂ ਉਹਨਾਂ ਕੋਲ ਕਾਫੀ ਦੇਰ ਬੈਠਾ ਰਿਹਾ 10 ਮਿੰਟ ਗੱਲਬਾਤ ਕਰਦੇ ਰਹੇ ਮੇਰੇ ਨਾਲ ਮੈਨੂੰ ਬਹੁਤ ਵਧੀਆ ਲੱਗਿਆ ਤੇ ਇਖਲਾਕ ਉਹਨਾਂ ਦਾ ਬਹੁਤ ਅੱਛਾ ਸੀ ਇਹਨਾਂ ਨੇ ਅਗਲੇ ਮਹੀਨੇ 62 ਹੋਏ ਲੈ ਲੋ ਤੇ ਸਾਡੇ ਇੱਥੇ 63-2 ਦੀਆਂ ਮਾਈਆਂ ਮੰਜੀ ਤੋਂ ਨਹੀਂ ਉੜਦੀਆਂ ਵੇ ਮੇਰਾ ਬਲੱਡ ਪ੍ਰੈਸ਼ਰ ਚੈੱਕ ਕਰੀ ਮੇਰੀ ਸ਼ੂਗਰ ਵੱਧ ਕੋਈ ਨਹੀਂ ਗੱਲ ਠੀਕ ਹੈ ਜੀ ਇਹਦੇ ਨਾਲ ਨਾਲ ਬਹੁਤ ਵਧੀਆ ਵਿਕਾਰ ਭਾਈ ਬਹੁਤ ਥੈਂਕ ਯੂ ਤੁਹਾਡਾ ਬਹੁਤ ਬਹੁਤ ਤੇ ਇਹਦੇ ਨਾਲ ਨਾਲ ਹੀ ਆਪਾਂ ਵਲੌਗ ਕਰਦੇ ਹਾਂ ਖਤਮ ਇਨਸ਼ਾਅੱਲਾ ਮਿਲਦੇ ਹਾਂ ਕੱਲ ਅਗਲੇ ਵਲੌਗ 'ਚ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਮਿਹਰਬਾਨੀ ਫਿਰ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਜੀ ਸਾਰੇ